ਅਰਸ਼ਾ ਸਿੰਘ ਜੀਓ, ਛੋਟੇ ਸਾਹਿਬਜ਼ਾਦਿਆਂ ਦੀ ਕਵਿਤਾ ਅਰਜ਼ ਕਰਨ ਲੱਗਾ ਹਾਂ। ਛੋਟੇ ਸਾਹਿਬਜ਼ਾਦੇ ਸੂਬੇ ਦੀ ਅਦਾਲਤ ਵਿੱਚ ਪੇਸ਼ ਹਨ। ਦੋ ਲਾਈਨਾਂ ਵਿੱਚ ਸੂਬਾ ਕਹਿ ਰਿਹਾ ਕਿ ਬੱਚਿਓ ਇਸਲਾਮ ਕਬੂਲ ਕਰ ਲਓ, ਤੁਹਾਨੂੰ ਬੇਗਮਾਂ ਦੇ ਡੋਲੇ ਦੇਵਾਂਗਾ, ਤਾਜਾਂ ਤੇ ਤਖਤਾਂ ਦੇ ਮਾਲਕ ਬਣਾਵਾਂਗਾ। ਦੋ ਲਾਈਨਾਂ ਵਿੱਚ ਮੇਰੇ ਸ਼ਹਿਨਸ਼ਾਹ ਦੇ ਅਣਖੀ ਦਲਾਰੇ, ਇਸ ਦੇਸ਼ ਦੀ ਆਬਰੂ ਨੂੰ ਕਾਇਮ ਰੱਖਣ ਵਾਲੇ, ਪੰਥ ਦੇ ਕੇਸਰੀ ਨਿਸ਼ਾਨ ਨੂੰ ਚੜ੍ਹਦੀ ਕਲਾ ਚ ਲਿਜਾਣ ਵਾਲੇ ਉਸ ਜ਼ਾਲਮ ਹਕੂਮਤ ਦੇ ਬੇਗਮਾਂ ਦੇ ਡੋਲਿਆਂ ਨੂੰ, ਤਾਜਾਂ ਤੇ ਤਖਤਾਂ ਨੂੰ ਕਿਸ ਤਰ੍ਹਾਂ ਠੋਕਰ ਮਾਰਦੇ ਹਨ। ਇੱਥੋਂ ਕਵਿਤਾ ਸ਼ੁਰੂ ਹੁੰਦੀ ਹੈ। ਮੈਂ ਚੰਦ ਸ਼ੇਰ ਕਵਿਤਾ ਦੇ ਅਰਜ਼ ਕਰਦਾ ਹਾਂ। ਸੂਬਾ ਕਹਿਣ ਲੱਗਾ ਸਾਹਿਬਜ਼ਾਦਿਆਂ ਨੂੰ, ਕਾਕਾ ਇਸ ਤਰ੍ਹਾਂ ਖੈਂਕੜੀ ਕਰੀਦੀ ਨਹੀਂ। ਫਤਿਹ ਸਿੰਘ ਨੇ ਅੱਗੋਂ ਜਵਾਬ ਦਿੱਤਾ, ਉਹ ਮੌਤ ਬਿਨਾ ਸ਼ਹੀਦੀਆਂ ਵਰੀ ਦੀ ਨਹੀਂ। ਤੁਹਾਡੇ ਭਲੇ ਦੀ ਆਖ ਦਉ ਮੰਨ ਜਾਓ, ਆਪਣਾ ਦਿਲ ਦੋਵੇਂ ਨੂਰੋ ਨੂਰ ਕਰ ਲਓ। ਜੇਕਰ ਜ਼ਿੰਦਗੀ ਦੀ ਕੀਮਤ ਸਮਝਦੇ ਹੋ ਤਾਂ ਫਿਰ ਤੁਸੀਂ ਇਸਲਾਮ ਮਨਜ਼ੂਰ ਕਰ ਲਓ। ਸਾਹਿਬਜ਼ਾਦਿਆਂ ਆਖਿਆ ਮੀਆਂ ਸੂਬੇ, ਓਏ ਆਸ਼ਿਕ ਬਦਲਦੇ ਨਹੀਂ ਨਿਸ਼ਾਨਿਆਂ ਨੂੰ, ਅਸੀਂ ਸੜਾਂਗੇ ਵਾਂਗ ਪਰਵਾਨਿਆਂ ਦੇ, ਤੇ ਮੋੜ ਸਕਦਾ ਕੌਣ ਪਰਵਾਨਿਆਂ ਨੂੰ। ਗੁੱਸਾ ਖਾ ਕੇ ਬੋਲਿਆ ਫੇਰ ਸੂਬਾ, ਤੁਹਾਡੇ ਜਿਸਮ ਦੇ ਤੁੰਬੇ ਉਡਾ ਦਿਆਂਗਾ। ਫਤਿਹ ਸਿੰਘ ਕਿਹਾ ਮੀਆਂ ਯਾਦ ਰੱਖੀ, ਮੈਂ ਤਾਂ ਮੌਤ ਦੀ ਗੋਸ਼ ਭੁਲਾ ਦਿਆਂਗਾ। ਫੇਰ ਬੋਲਿਆ ਸੂਬਾ ਕੁਝ ਨਰਮ ਹੋ ਕੇ, ਕਾਕਾ ਮੰਨ ਜਾਓ ਰੰਗ ਲਾ ਦਿਆਂਗਾ। ਮਲਕਲ ਮੌਤ ਦੀ ਗੋਦ ਚੋਂ ਕੱਢ ਤੁਹਾਨੂੰ, ਸ਼ਾਹੀ ਤਖ਼ਤ ਦੇ ਉੱਤੇ ਬਿਠਾ ਦਿਆਂਗਾ। ਸਸਮੀ ਸਾਹਿਬਜ਼ਾਦੇ ਜਵਾਬ ਦਿੰਦੇ ਨੇ, ਸਾਹਿਬਜ਼ਾਦਿਆਂ ਆਖਿਆ ਤੂੰ ਗਲਤ ਕਹਿਣਾ ਏ, ਸਾਹਿਬਜ਼ਾਦਿਆਂ ਆਖਿਆ ਤੂੰ ਗਲਤ ਕਹਿਣਾ ਏ। ਓਏ ਅਣਖਾਂ ਤਕੜੀ ਤੇ ਕਦੋਂ ਤੁਲਦੀਆਂ ਨੇ, ਤੂੰ ਨਹੀਂ ਜਾਣਦਾ ਧਰਮ ਦੇ ਆਸ਼ਕਾਂ ਦੇ ਪੈਰਾਂ ਗੇਡਾ ਗੂੰਮਦਾ ਰੁਲਦੀਆਂ ਨੇ। ਕਾਕਾ ਜ਼ਿੰਦਗੀ ਪਰਤ ਕੇ ਨਹੀਂ ਮਿਲਦੀ, ਮੌਕੇ ਵੱਲ ਪਛਾਨਣਾ ਚਾਹੀਦਾ ਏ। ਇਹ ਸੰਸਾਰ ਬਹਿਸ਼ਤ ਦਾ ਰੂਪ ਵੀ ਬਾਂ, ਤੇ ਲੁਤਫ ਜੀਵਨ ਦਾ ਮਾਨਣਾ ਚਾਹੀਦਾ ਏ। ਲੁਤਫ ਜੀਵਨ ਦਾ ਸੂਬਿਆ ਕਹੇ ਜਿਸ ਨੂੰ, ਸਾਨੂੰ ਬੁਜ਼ਦਲੀ ਦਾ ਇਹ ਸਰੂਪ ਦਿਸਦਾ। ਤੂੰ ਨਹੀਂ ਜਾਣਦਾ ਧਰਮ ਦੇ ਆਸ਼ਕਾਂ ਨੂੰ, ਉਹ ਮੌਤ ਜ਼ਿੰਦਗੀ ਦਾ ਇੱਕ ਰੂਪ ਦਿਸਦਾ। ਕਾਕਾ ਤੁਸੀਂ ਆਣੇ ਹੋ ਜਾਣਦੇ ਨਹੀਂ, ਦੁੱਖ ਮਰਨ ਦੇ ਬਾਅਦ ਵੀ ਸਹੀ ਦਾਂ, ਅੱਲਾ ਤਾਲਾ ਦੀ ਮਿਹਰ ਨੂੰ ਨਾ ਨਿਗਾਲੋ, ਹਸ਼ਰ ਦੀ ਗੁੜੀ ਕਦਰੀਦਾ ਏ। ਸਤਿ ਸਾਹਿਬਜ਼ਾਦੇ ਫਰਮਾਉਂਦੇ ਨੇ ਕਿ ਤੁਹਾਡੇ ਮਜ਼ਬੂਤਾਂ ਫਲਸਫਾ ਹੋਵੇਗਾ ਏ,
ਵਫਾ ਹੋਵੇਗਾ ਏ ਕਿ ਸਮਾਂ ਕਬਰ ਦੇ ਵਿੱਚ ਲੰਘਾਈ ਦਾ ਏ। ਸਾਡਾ ਧਰਮ ਤਾਂ ਦੱਸਦਾ ਏ ਖਾਨ ਸਾਹਿਬ ਚੋਲਾ ਛੱਡੀ ਦਾ ਏ ਚੋਲਾ ਪਾਈ ਦਾ ਏ। ਗੱਜ ਕੇ ਕਿਹਾ ਸੂਬੇ ਹੈਂਕੜ ਭੁੱਲ ਜਾ ਸੀ ਤੇ ਖੰਡਾ ਜਦੋਂ ਜਲਾਦ ਨੇ ਤਾਣ ਦੇਣਾ। ਭਪਕ ਮਾਰ ਕੇ ਸ਼ੇਰਾਂ ਨੇ ਕਿਹਾ ਅੱਗੋਂ ਜਾਣ ਦਿਆਂਗੇ ਧਰਮ ਨਹੀਂ ਜਾਣ ਦੇਣਾ। ਲਾਲਚ ਰਾਜ ਦਾ ਮੌਤ ਦਾ ਖੌਫ ਦੇ ਕੇ ਬੇਈਮਾਨ ਘਰ ਚਾਰ ਅਜ਼ਮਾ ਥੱਕਿਆ ਥਿੜਕੇ ਪੈਰ ਨਾ ਧਰਮ ਦੇ ਆਸ਼ਕਾਂ ਦੇ ਸੂਬਾ ਜ਼ੋਰ ਆਪਣਾ ਸਾਰਾ ਲਾ ਥੱਕਿਆ। ਤੱਕ ਸੂਬੇ ਨੇ ਬੜੀ ਲੜਾਈ ਹੈ ਪਰ ਲੱਭਿਆ ਕੱਖ ਨਹੀਂ ਉਹਨੂੰ ਤਕਰਾਰ ਦੇ ਵਿੱਚ। ਆਖਿਰ ਜ਼ਾਲਮ ਨੇ ਇਸ ਤਰ੍ਹਾਂ ਹੁਕਮ ਦਿੱਤਾ ਜ਼ਿੰਦਾ ਦੇ ਹੋਣ ਦੋਹਾਂ ਨੂੰ ਚਿਣੋ ਦੀਵਾਰ ਦੇ ਵਿੱਚ। ਜੋੜੀ ਹੰਸਾਂ ਦੀ ਖੜ ਗਈ ਮਸਤ ਹੋ ਕੇ ਤੇ ਹਦੇ ਲੱਗਣੇ ਸ਼ੁਰੂ ਸਰਕਾਰ ਹੋ ਗਏ। ਸੂਰਤ ਵੇਖ ਮਾਸੂਮ ਸਜਾਦਿਆਂ ਦੀ ਰਾਜ ਰੋਣ ਲੱਗੇ ਬੇਕਰਾਰ ਹੋ ਗਏ। ਜਦੋਂ ਗੋਡਿਆਂ ਤਿਕਰਾਂ ਕੰਧਿਆ ਗਈ ਤੇ ਇੱਟ ਭੰਨ ਕੇ ਲਾਉਣ ਜਲਾਦ ਲੱਗਾ। ਜ਼ੋਰਾਵਰ ਨੇ ਆਖਿਆ ਕਾਤਲਾਂ ਤੂੰ ਕਾਤੋਂ ਸਮੇਂ ਨੂੰ ਕਰਨ ਬਰਬਾਦ ਲੱਗੇ। ਸਾਡਾ ਇਸ਼ਕ ਠਕੋਰ ਕੇ ਪਰਖ ਤਾਂ ਲੈ ਤੇ ਬੇੜੀ ਇਸ਼ਕ ਦੀ ਕਾਸ ਤੋਂ ਬੋੜਨਾ ਏ। ਬੀਆਂ ਕੰਧ ਜੇ ਕਰ ਵਿੰਗੀ ਹੋ ਰਹੀ ਏ ਤੂੰ ਗੋਡੇ ਛਿਲ ਦੇ ਇੱਟ ਕਿਉਂ ਤੋੜਨਾ ਏ। ਮੀਆਂ ਕਾਤਲਾ ਸਿਦਕ ਦੇ ਪੁਤਲਿਆਂ ਨੂੰ ਤੇਰੇ ਤਰਸ ਦੀ ਨਜ਼ਰ ਨਹੀਂ ਠੱਗ ਸਕਦੀ। ਸਿੱਖੀ ਧਰਮ ਦੇ ਇਸ ਮਹੱਲ ਤਾਈ ਟੁੱਟੀ ਹੋਈ ਕੋਈ ਇੱਟ ਨਹੀਂ ਲੱਗ ਸਕਦੀ। ਕੰਬ ਗਿਆ ਜਲਾਦ ਏ ਸ਼ਬਦ ਸੁਣ ਕੇ ਉਸਦੇ ਖੌਫ ਨੇ ਕੱਢ ਕਿੜਲ ਦਿੱਤੇ। ਤਾਹਾਂ ਮਾਰਦੇ ਰੋਏ ਜਲਾਦ ਆਖਰ ਰੱਖੀ ਇੱਟ ਸਾਬਤ ਗੋਡੇ ਛਿਲ ਦਿੱਤੇ। ਆਖਰ ਕੰਧ ਜਦੋਂ ਹਿੱਕ ਤੋਂ ਹੋਈ ਉੱਚੀ ਫਤਿਹ ਸਿੰਘ ਜਦ ਮੁੱਖ ਛਪਾਉਣ ਲੱਗੇ ਜ਼ੋਰਾਵਰ ਦੇ ਨੈਣਾਂ ਦੇ ਵਿੱਚ ਖੰਜੂ ਥਰਕੀ ਥਰਕੀ ਬਾਜ਼ਾਰ ਤਾਂ ਪਾਉਣ ਲੱਗੇ। ਛੋਟੇ ਵੀਰ ਨੇ ਆਖਿਆ ਵੱਡੇ ਵੀਰਾ ਇਹ ਕੀ ਹੋ ਰਿਹਾ ਏ ਇਹ ਕੀ ਕਰ ਰਿਹਾ ਏ। ਕੀ ਮੈਂ ਚਿੱਤ ਦੇ ਵਿੱਚ ਵਿਸ਼ਵਾਸ ਕਰਨਾ ਕਿ ਤੂੰ ਮੌਤ ਨੂੰ ਵੇਖ ਕੇ ਡਰ ਰਿਹਾ ਏ। ਜ਼ੋਰਾਵਰ ਨੇ ਆਖਿਆ ਨਹੀਂ ਚੰਨਾ ਵੱਡੇ ਵੀਰ ਨੇ ਆਖਿਆ ਨਹੀਂ ਵੀਰਾ ਪਛਤਾਤਾ ਮੈਂ ਇਸ ਲਈ ਕਰ ਰਿਹਾ ਏ। ਤੈਥੋਂ ਜ਼ਿੰਦਗੀ ਪਾਈ ਸੀ ਮੈਂ ਪਹਿਲਾਂ ਪਰ ਤੂੰ ਮੌਤ ਮੈਥੋਂ ਪਹਿਲਾਂ ਵਰ ਰਿਹਾ ਏ। ਸਖਤੇ ਵਿੱਚ ਆ ਗਿਆ ਆਕਾਸ਼ ਮੰਡਲ ਧਰਤੀ ਧਰਮ ਦੇ ਤੌਲ ਤੋਂ ਸਿੱਟ ਹੋ ਗਈ। ਇੱਟ ਇੱਟ ਲਾ ਕੇ ਕੱਢੀ ਕੰਧ ਸੀ ਜੋ ਪਲਕ ਮਾਰ ਦਿਓ ਇੱਟ ਇੱਟ ਹੋ ਗਈ। ਦਹਿਸ਼ਤ ਛਾ ਗਈ ਮੌ
ਮੌਜਜ਼ਾ ਵੇਖ ਕੇ ਤੇ ਕੁਦਰਤ ਸਭ ਦੀਆਂ ਹੋਸ਼ਾਂ ਭੁਲਾ ਦਿੱਤੀਆਂ। ਆਖਿਰਕਾਰ ਜੱਲਾਦ ਨੇ ਵਾਰ ਕੀਤਾ, ਰੂਹਾਂ ਬਾਬੇ ਦੇ ਕੋਲ ਪਹੁੰਚਾ ਦਿੱਤੀਆਂ। ਦੁਨੀਆਂ ਵਿੱਚ ਨਹੀਂ ਐਸੀ ਮਿਸਾਲ ਮਿਲਦੀ ਜਿਸ ਦੇ ਲਿਖਣ ਲੱਗਿਆ ਕਲਮ ਰੁਕਦੀ ਏ। ਸਾਹਿਬਜ਼ਾਦਿਆਂ ਦਾ ਬਲੀਦਾਨ ਤੱਕ ਸਾਬਰ ਸ਼ਹਿਰਾਂ ਦੀ ਗਰਦਨ ਚੁੱਕਦੀ ਏ, ਸਾਬਰ ਸ਼ਹਿਰਾਂ ਦੀ ਗਰਦਨ ਚੁੱਕਦੀ ਏ।